ਤੇ ਠੀਕ ਹੈ ਜੀ ਚਾਚਾ ਜੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰੀਆਂ ਚਾਚਾ ਜੀ ਨੇ ਨਾ ਚਾਹ ਪਿਆਈ ਤੇ ਨਾ ਹੀ ਚਾਚਾ सलाम अलैकुम चाचा जान मैं चुकया इधरों चाचे का फोन आ गया ते चले चाचे को राजपुरे खड़े ने मिलते हैं जाके चाचा जी नू किधर सीधा नहीं सीधा जा रहा है बूटे लाओ चल बूटे अंब बिचे होर क्या क्या बापू चीकू है नींबू आड़ू है नाशपाती आड़ू नाशपाती आड़ू अपना नशा पत्ता कोई लाके आंदा साडी कोई जिम्मेवारी नहीं है मुड़ के जे कोई फड़िया गया ते मिलदे आ तां चल के राजपुरे सीधा चाचा जान कोल एफटीसी ब्लॉग लो जी ओ खड़ी है बनाना फ्लाइट केला ने ठेका लिया सारी जगह केला ढोण दा केला खत्म करता इन्होंने केला ढो ढो के उथों चाचा जी नू मिल के बहुत वधिया लग्या गल्लां बातां करियां चाचा जी ने ना चाह पियाई ते ना ही चाचा जी नू पियाई
ठीक है चाचा पक्की गल है फिर सारे देखते पे ठीक है जी चंगा चाचा टाइम घट है लो जी आप पहुंच गए सरहंद वाले एंटर होने वाले हाँ तो इतने मिले थे आप राजे भाई ना अपनी गड्डी गड्डी थी इतने खन्ना 20 किलोमीटर का बोर्ड आया था राजे के ब्लॉक च इधरले पास काम होता था गड्डी का कौन तो मेवा सिंह वाडी वाले को अज थानू दिखाने रास्ता उदन रास्ता नहीं दिखाया था थोनू वाले ब्लॉक च भी किड़ा जाता अपने खेतों चू खब्बे पासे कट तो थले सीधा पासो तो 19 किलोमीटर 19 किलोमीटर पासो पासो तो 3 किलोमीटर ਸੰਗਰੂਰ ਨੂੰ ਵੀ ਚਲੇ ਜਾਂਦਾ ਕਿ ਪਟਿਆਲਾ ਨਾਭਾ ਇੱਧਰ ਮਰਜ਼ੀ ਨੂੰ ਚਲੇ ਜਾਓ ਪਰ ਆਪਾਂ ਨੇ ਜਾਣਾ ਕਿੱਥੇ ਪਾਸੋਂ ਆ ਬੋਰਡ ਆ ਗਿਆ ਨਾ ਨਾਭਾ ਸੰਗਰੂਰ ਅਤੇ ਮੰਡੀ ਗੋਬਿੰਦਗੜ੍ਹ ਸਿੱਧਾ ਹੈਗਾ ਅਤੇ ਬੋਰਡ ਮਿਲੇਗਾ ਤੁਹਾਨੂੰ ਮੁੜਦੇ ਸਾਰ ਇੱਧਰ ਸੇ ਕੰਟੀਨਿਊ ਕਰੇਂਗੇ ਹਮ ਖੱਬੇ ਪਾਸੇ ਸੰਗਰੂਰ 72 ਕਿਲੋਮੀਟਰ ਨਾਭਾ 39 ਪਾਸੋ 19 ਕਿਲੋਮੀਟਰ ਪੂਰਾ 19 ਕਿਲੋਮੀਟਰ ਜਾਣਾ ਵੀਰ ਜੀ ਇਹ ਆ ਤਰਖਾਣ ਮਾਜਰਾ ਪਿੰਡ ਹੈ ਨਾ ਬਾਪੂ ਆਈ ਐਮ ਰਾਈਟ ਯੈਸ ਕਿ ਯੈਸ ਯੂ ਆਰ ਰਾਈਟ ਜੋਰ ਕੇ ਬੋਲ ਕਿ ਯੂ ਆਰ ਰਾਈਟ ਆਂਦਾ ਨਹੀਂ बापू मेरे आंगू शर्मांदा तरखान माजरा आप उधर नहीं जाऊंगे बिच नू है ना उत्थे नू छोटा नहीं पऊगा आप सोनू तो घूमन घेरी पैंदी है किधर नू अरे सराय बंजारे नु नहीं सराय बंजारा तो पीछे रह गया ओ मटरोटे वाली जमीन चा पूरे तो नहीं मैं रास्ता पता है मैं तो गुरद्वारा साहब तो कह रहा इधर नु जिहड़ा अंदर नु रोड गया पहला बैंक च जाना पहले पैसे कढ़ाने हैं लाइव मित्रों पहुंच गए अपन पिंड ते जिहड़े जिहड़े सुनने वाले बंदे ने नहीं देखा घर अपने वाला अज दिखाने तुहानू घर ओकड़ा ट्रैक्टर अपना ते इधर जिन्हां दी हैं मीं दा हले आ गया पूरजी लागी पैण ਅਤੇ ਆਹ ਘਰ ਜਿਹੜਾ ਜਿਨ੍ਹਾਂ ਕੋਲ ਆਹ ਮਤਲਬ ਪਹਿਲਾਂ ਜ਼ਮੀਨ ਤੀ ਉਹਨਾਂ ਨੇ ਬਣਾਇਆ ਉਹਦਾ ਆਹ ਵੀ ਇੱਧਰ ਵੀ ਅਤੇ ਇਹਦੇ ਥੱਲੇ ਇਹ ਆਪਣੇ ਬਣਾਇਆ ਅਤੇ ਇੱਧਰ ਮਾਤਾ ਕੁਮਰੀ ਹੈ ਇੱਧਰ ਰਸੋਈ ਉੱਧਰ ਬੈਡਰੂਮ ਅਤੇ ਲੈਟਰਿੰਗ ਬਾਥਰੂਮ ਇੱਧਰ ਅਤੇ ਏ ਸੀ ਲਾਇਆ ਵਾ ਟੀ ਵੀ ਲੱਗਿਆ ਵਾ ਅੰਦਰ ਫਰਿੱਜ ਪਈ ਆ ਬਾਹਰ ਆਹ ਪਿਆ ਕੈਂਪਰ ਅਤੇ ਆਹ ਖੜਾ ਸਾਨੂੰ
ਇਹ ਪਿਆ ਕੂਲਰ ਅੰਦਰ ਅੰਦਰ ਡਿਸਕਸ਼ਨ ਚੱਲ ਰਹੀ ਹੈ ਕੋਈ ਜ਼ਰੂਰੀ ਆ ਲੱਗੀ ਹੈ ਟੈਚ ਇੱਧਰ ਆ ਖੇਤ ਖੇਤ ਇੱਧਰੋਂ ਸ਼ੁਰੂ ਆ ਐ ਉਹ ਜਿਹੜੀ ਚਰੀ ਹੈ ਨਾ ਉਹ ਕਿਸੇ ਹੋਰ ਦੀ ਹੈ ਬਾਈ ਉਨੀ ਕੁ ਅਤੇ ਫਿਰ ਚਰੀ ਦੇ ਅੱਗੇ ਫੇਰ ਆਪਣੇ ਉਹ ਮੋਟਰ ਆ ਗਈ ਦੂਜੀ ਇੱਕ ਤਾਂ ਅੰਦਰ ਆ ਉਹ ਉੱਥੇ ਚੱਲਦੀ ਪਈ ਆ ਉਹ ਲਾਈਟ ਬਲਦੀ ਪਈ ਹੈ ਨਾ ਉਹ ਆ ਅਤੇ ਉਹ ਉੱਥੇ ਆ ਇੱਕ ਮਿੰਟ ਉਹ ਲਾਈਟ ਬਲਦੀ ਪਈ ਹੈ ਨਾ ਉਹ ਅਤੇ ਆਪਣੀ ਜ਼ਮੀਨ ਆ ਉਹ ਅੰਬਾਂ ਤੱਕ ਅੰਬਾਂ ਦੇ ਲਾ ਕੇ ਆਹ ਬੂਟਾ ਜਿਹਾ ਦੇਖਦਾ ਨਾ ਉੱਥੇ ਤੱਕ ਅਤੇ ਇਹਨੂੰ ਪੁੱਛ ਰਿਹਾ ਮਹਾਰਾਜ ਜੀ ਨੂੰ ਕਿਆ ਸਲਾਮ ਆ ਇਸਕੀ ਆ ਬਈ ਕੈਸਾ ਲਗਾ ਆਪ ਕੋਈ ਤਰ੍ਹਾਂ ਕੇ ਆਇਆ ਤਾਂ ਪਰਸੋਂ ਵੀ ਤਾਂ ਪਰਸੋਂ ਦਾ ਪਰ ਵਲੌਗ ਬਣਾਇਆ ਨਹੀਂ ਉਰੇ ਹੈ ਨਾ ਰਾਜਾ ਬਣਾ ਰਿਹਾ ਤਾਂ ਮੈਂ ਬਣਾ ਰਿਹਾ ਹੈ ਹਾਂ ਹੇਡਾਂ ਵੀ ਲਗਾ ਦੇਣਾ ਐਕਟੀਵਾ ਖੜ੍ਹੀ ਆਪਣੀ ਇੱਧਰ ਖੜਿਆ ਮੋਟਰਸਾਈਕਲ ਡੈਡੀ ਦਾ ਮੋਟਰਸਾਈਕਲ ਅਤੇ ਬੂਟੇ ਲੈ ਕੇ ਆਏ ਹਾਂ ਜਿਹੜੇ ਆਪਾਂ ਉਹ ਇੱਦਾਂ ਲਾ ਦੇਣੇ ਅਤੇ ਸਾਰੀ ਤਾਂ ਸਾਫ਼ ਸਫਾਈ ਕਰਕੇ ਨਾ ਸਾਰੇ ਸੈੱਡਾਂ 'ਚ ਲਾ ਦੇਣੇ ਉਹ ਉੱਥੇ ਲਾ ਦੇਣੇ ਅਤੇ ਹੁਣ ਰੋਟੀ ਪਾਣੀ ਖਿਲਾਉਂਗੀ ਮੈਂ ਤਾਂ ਰੋਟੀ ਹੈਂ ਅਗਰ ਇੱਕਣੇ ਭੁੱਖੇ ਭੇਜ ਦੂੰਗੀ ਅਤੇ ਇੱਧਰ ਪਾਪੂ ਬੇਟਾ ਲੱਗੇ ਹੋਏ ਆ ਸਲਾਹ ਕਰਨ ਠੀਕ ਹੈ ਡੈਡੀ ਅੱਜ ਬਾਪੂ ਆਇਆ ਬੜੇ ਦਿਨਾਂ ਬਾਅਦ ਅੰਦਰੋਂ ਵੀ ਦੇਖ ਲਓ ਚਲੋ ਹਵਾ ਦੇ ਨਜ਼ਾਰੇ ਯਾਰ ਹਵਾ ਬਸ ਇਹੀ ਬਣਾਉਣਾ ਹੋਰ ਕੀ ਕਿਸਨੇ ਰਹਿਣਾ ਔਰ ਹੈਂ ਉੱਧਰ ਪਾ ਦੂੰਗਾ ਚਾਦਰਾਂ ਮੈਨੂੰ ਫੜਾ ਦੇ ਬੋਲ ਸਰੰਦ ਪਹੁੰਚ ਗਏ ਟਾਈਮ ਹੋ ਗਿਆ ਜੀ 4:22 ਤੇ ਹੁਣ ਤੂੰ ਬੋਲੇ ਕਿ ਮੈਂ ਤੂੰ ਟਾਈਮ ਬੋਲਣੇ ਨੂੰ ਆ ਬਸ ਮੈਂ ਟਾਈਮ ਦੱਸਣਾ ਹੀ ਨਹੀਂ ਸਰੰਦ ਪਹੁੰਚ ਗਏ ਆਪਾਂ ਵਾਪਸੀ ਚ ਤੇ ਜਾਂਦੇ ਹੋਏ ਦੇਖਿਆ ਤਾਂ ਆਪਾਂ ਨੇ ਰਾਜਾ ਹਲੇ ਖੜੇ ਹੀ ਤਾਂ ਇੱਥੇ ਉਹਨੂੰ ਫੋਨ ਵੀ ਕਰਿਆ ਤਾਂ ਤੇ ਉਹ ਕਹਿੰਦਾ ਤਾਂ ਬਈ ਮਿਲ ਕੇ ਨਹੀਂ ਗਏ ਤੁਸੀਂ ਜਾਂਦੇ ਹੋਏ ਉਹਨੂੰ ਕਹਿੰਦਾ ਬਈ ਅਸੀਂ ਥੋੜ੍ਹਾ ਜਿਹਾ ਕਾਹਲੀ 'ਚ ਸੀਗੇ ਇਸ ਕਰਕੇ ਤੈਨੂੰ ਮਿਲੇ ਨਹੀਂ ਵੀ ਮੈਂ ਕਿਹਾ ਆਉਂਦੇ ਵੀ ਮਿਲ ਕੇ ਜਾਵਾਂਗੇ ਹੁਣ ਤਾਂ ਨਹੀਂ ਅਸੀਂ ਆਪਾਂ ਨੇ ਪੁਲ ਉੱਪਰ ਨੂੰ ਇਹੋ ਜਾਣਾ ਤਾ ਇਸ ਕਰਕੇ ਹੁਣ ਆਪਾਂ ਪੁਲ ਦੇ ਥੱਲੇ ਨੂੰ ਜਾਵਾਂਗੇ ਕਿਉਂਕਿ ਉੱਥੇ ਮੇਵਾ ਸਿੰਘ ਕੋਲੇ ਖੜੀ ਆ ਉਹਦੀ ਗੱਡੀ ਉੱਥੇ ਹੋ ਰਿਹਾ ਕੰਮ ਤੇ ਚੱਲ ਕੇ ਮਿਲਦੇ ਆ ਉਹਨੂੰ ਕਰਦੇ ਆ ਤਾਂ ਹਿਸਾਬ ਕੱਲ ਕਹਿੰਦਾ ਤਾਂ ਬਲੌਗ 'ਚ ਕਹਿੰਦਾ ਫਸ ਕਿਹਨੇ ਦੇਤਾ ਤੁਸੀਂ ਰੋਂਗ ਸਾਈਡ ਆ ਰਹੇ ਹੁਣ ਫੋਨ ਕੀਤਾ ਸੀ ਕਹਿੰਦੇ ਮਜ਼ਦੂਰ ਬੰਦਾ ਇੱਥੇ ਹੀ ਆ ਮੈਂ ਕੋਈ ਨਹੀਂ ਆ ਕੇ ਕਰਦੇ ਆ ਤੇਰਾ ਹਿਸਾਬ ਹਾਂ ਬਥੇਰਾ ਟਾਂਕਾ ਲਾਇਆ ਤਾਂ ਪੈਸਾ ਬਚੇਗਾ ਹੁਣ ਉਹ ਤੋਂ ਜਿਆਦਾ ਲੱਗ ਜਾਣੇ ਚਲੋ
ਲੋ ਜੀ ਪਹੁੰਚ ਗਏ ਰਾਜਸਥਾਨ ਦੀ ਗੱਡੀ ਕੋਲੇ, ਕਰਦੇ ਆ ਦਾ ਹਿਸਾਬ, ਵੀਲ ਵੂਲ ਕੱਪ ਲਵਾਤੇ ਮੈਂ ਬੜੇ ਹੀ ਇਹਦੇ ਵਲੋਗ ਚ ਬੰਦੇ ਕਹਿ ਰਹੇ ਸੀ ਰਾਜਾ ਭਾਈ ਵੀਲ ਕਵਰ ਲਗਵਾ ਦੋ। ਕਿੱਧਰ ਆ ਰਾਜਾ? ਰਾਜਾ ਕਿੱਧਰ ਆ? बड़े दिन हो गए हिसाब नहीं दिया। नंबर मिला रहा होना, घर फोन करके पुछ रहा होना क्या पर बारिश पड़ रही है, हमारे इधर तो पड़ रही है, तुम्हारे इधर तो पता नहीं। एक बंदे का ना फोन आया तुहानू कोल, मेरी हाथ जोड़ के बेनती है उदा फोन करो जो मर्जी गल्लां करो है ना, ना थानू बई माल बारे पुछया करो भी कित्थे दे मिलदा कित्थे दे नहीं, ठीक है? जिहड़ा बंदा खांदा हुंदा उहनू पता हुंदा भी कित्थों मिलदा कित्थों नहीं, ना ये माल खावे ना ये दारू पीवे, तो कृपा करके इन्नी मेहरबानी रखो फोन करके यह जी गल्ला ना करया करो कि भाई साडा समान मुक गया कित्थों मिलूगा, एहो जे बंदियां करके और बंदियां दा भी फोन ना चक्कण तो मजबूर कर दे तुसीं। पता क्या आई मैं ना 6-7 बंदियां दा देखिया, हुण नाम दा चल आपां ने क्या लेणे है ना, फोन करूंगे हाल चाल पुछिया ठीक है है ना यार भाई तुसी उधर जांदे रहने आ माल ले लिया करो, भाई यार असी मेरी गल सुनो ऐ कौन लिया के दंदा हुंदा किसे नूं, कोई नहीं लिया के दंदा, ठीक है? बाकी गल जिहड़े बेचदे आ है ना उह लिया दंदे होणे भाई, नाले जिहड़ा खांदा यार हर एक जगह मिलदा अपना, जिथे मर्जी लै लो तुसी हरेक दे एरिए च मिलदा, हुण ऐ तां है नहीं भाई ਵੀ ਗੁਜਰਾਤ ਵਾਂਗੂ ਜਿਵੇਂ ਗੁਜਰਾਤ ਹੁਣ ਕਹਿੰਦੇ ਵੀ ਤਰਾਈ ਏਰੀਆ ਹੈ ਨਾ, ਫਿਰ ਵੀ ਉੱਥੇ ਦਾਰੂ ਮਿਲਦੀ ਹੈ ਨਾ ਸਭ ਤੋਂ ਜ਼ਿਆਦਾ ਮਿਲਦੀ ਹੈ, ਐਂ ਨਹੀਂ ਸਾਰੇ ਕਿਤੇ ਹੁੰਦੇ ਆ ਯਾਰ, ਆਪਣਾ ਹਿੱਲਾ ਆਪ ਕਰਿਆ ਕਰੋ, ਉੱਦਾਂ ਫੋਨ ਕਰੋ ਜੋ ਮਰਜ਼ੀ ਗੱਲ ਕਰੋ ਕੋਈ ਚੱਕਰ ਨਹੀਂ, ਹੁਣ ਜਿਹਦਾ ਫੋਨ ਆ ਗਿਆ ਹਰ ਮਾਲ ਵਾਸਤੇ ਕਹਿਦਾ ਵੀ ਸਾਡੇ ਕੋਲ ਮਾਲ ਨਹੀਂ ਹੈਗਾ ਜੀ ਐਂ ਨਹੀਂ ਹੈਗਾ, ਫੋਨ ਜਦੇ ਕੱਟ ਕਰਦੇ ਕਰਨਾ, ਕੋਈ ਗੁੱਸਾ ਕਰੇ ਕੋਈ ਗਿੱਲਾ ਕਰੇ, ਨਾ ਆਪਾਂ ਅੱਜ ਤੱਕ ਕਿਸੇ ਨੂੰ ਕਿਹਾ ਨਾ ਆਪਾਂ ਕਹੀਏ, ਕਿਉਂ ਬਈ ਸਹੀ ਗੱਲ ਹੈ, ਉਹ ਬੰਦੇ ਨੂੰ ਉਹ ਕਰੋ ਜਿਹੜਾ ਬੰਦਾ ਤੁਹਾਨੂੰ ਜਿਹੜੇ ਨੂੰ ਤੁਸੀਂ ਵੀ ਲਿਆ ਕੇ ਦੇ ਦਿੰਦੇ ਆ ਅੱਗਿਓਂ ਉਹ ਵੀ ਤੁਹਾਨੂੰ ਲਿਆ ਕੇ ਦੇ ਦਿੰਦਾ ਜੇ ਲੋੜ ਹੋਵੇ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਗੁੱਸੇ ਗਿੱਲੇ ਦੀ ਮਾਫ਼ੀ। ਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਵਾਲਾ ਵਲੋਗ, ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਪੂ ਮੇਰੇ ਅੰਗ ਸ਼ਰਮਾਂਦਾ ਪੱਕਾ ਕਰ ਦੂੰਗਾ ਤੁਹਾਨੂੰ, ਕੰਮ ਕਰਦੇ ਪਏ ਨੇ।
ਕਰ ਦਿਆ ਖਤਮ ਕਰਦੇ ਹੁਣ ਕਾ ਕਿਤੇ ਕੈਂਚੀ ਗੱਲ ਵੱਡੂਆ ਲੋ ਜੀ ਘਰ ਪਹੁੰਚ ਗਏ ਸੀ ਆਪਣੇ ਤੇ ਮਿਲੋ ਇੱਕ ਨੂੰ ਇੱਕ ਨੀਂਦ ਚ ਆ ਲੈ ਤੇ ਜੇ ਇੱਥੇ ਤੱਕ ਕਿਸੇ ਵੀ ਬਾਈ ਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਉਦੋਂ ਤੱਕ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਰੱਬ ਰਾਖਾ ਬਾਏ ਬਾਏ।